ਸਤਿ ਸ਼੍ਰੀ ਅਕਾਲ ਸਰ, ਮੈਂ ਦਵਿੰਦਰ ਸਿੰਘ ਔਲਖ, ਪਿੰਡ ਲੋਪੋਗੇ ਤੋਂ। ਮੈਂ ਆਮ ਆਦਮੀ ਪਾਰਟੀ ਦਾ ਸਾਬਕਾ ਜ਼ਿਲ੍ਹਾ ਯੂਥ ਜੁਆਇੰਟ ਸੈਕਟਰੀ ਰਿਹਾ ਜੀ। ਔਰ ਮੈਂ ਕੁਛ ਸਮਾਂ ਪਹਿਲਾਂ ਜਿਹੜਾ ਵਾ ਆਪਣੇ ਅਹੁਦੇ ਤੋਂ ਜਿਹੜਾ ਅਸਤੀਫਾ ਦਿੱਤਾ ਸੀਗਾ, ਅਤੇ ਪਾਰਟੀ ਵੱਲੋਂ ਜਿਹੜਾ ਸਾਡਾ ਜਿਹੜਾ ਅਸਤੀਫਾ ਉਹ ਮਨਜ਼ੂਰ ਵੀ ਕਰ ਲਿਆ ਗਿਆ ਸੀਗਾ। ਅਸੀਂ ਕੁਛ ਪਾਰਟੀ ਦੀਆਂ ਕੋਈ ਗਲਤ ਨੀਤੀਆਂ ਕਾਰਨ ਜੋ ਵਲੰਟੀਅਰਾਂ ਦੀ ਪੁੱਛਗਿੱਛ ਨਹੀਂ ਸੀ ਹੁੰਦੀ, ਉਹਦੇ ਕਰਕੇ ਦੁਖੀ ਹੋ ਕੇ ਜਿਹੜੇ ਆ ਕਿ ਅਸਤੀਫਾ ਦਿੱਤਾ ਸੀਗਾ। ਸਾਨੂੰ ਜਿਹੜੇ ਅਹੁਦੇ ਦਿੱਤੇ ਸੀ, ਇੱਕ ਡੰਮੀ ਅਹੁਦੇ ਦਿੱਤੇ ਸੀਗੇ, ਜੋ ਕਿ ਸਾਡੀ ਕਿਤੇ ਪੁੱਛ ਪੜਤਾਲ ਜਿਹੜੀ ਉਹ ਨਹੀਂ ਸੀ ਹੁੰਦੀ। ਮੈਂ ਜੀ ਸੰਨ 2017 ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਸੀਗਾ, ਔਰ 2022 ਦੀ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਸਾਨੂੰ ਆ ਜ਼ਿਲ੍ਹਾ ਯੂਥ ਜੁਆਇੰਟ ਸੈਕਟਰੀ ਦਾ ਜਿਹੜਾ ਅਹੁਦਾ ਦਿੱਤਾ ਗਿਆ ਸੀਗਾ। ਜਦੋਂ ਸਰਕਾਰ ਬਣ ਗਈ ਤਾਂ ਜਿਹੜਾ ਸਾਡਾ ਇੱਕ ਅਹੁਦਾ ਉਹ ਇੱਕ ਡੰਮੀ ਅਹੁਦਾ ਰਹਿ ਗਿਆ, ਇਸ ਕਰਕੇ ਅਸੀਂ ਜਿਹੜਾ ਅਹੁਦਾ ਜਿਹੜਾ ਉਹ ਛੱਡ ਦਿੱਤਾ ਸੀਗਾ। ਅਤੇ ਅੱਜ ਵੀ ਜੋ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਆਮ ਆਦਮੀ ਦੀ ਪਾਰਟੀ ਘੁੰਮਦੀ ਆ, ਉਹਦੇ ਵਿੱਚ ਵੇਖੋ ਜੀ ਹੁਣ ਪੰਚਾਇਤੀ ਚੋਣਾਂ ਦਾ ਜਿਹੜਾ ਐਲਾਨ ਹੋਇਆ, ਉਹਦੇ ਵਿੱਚ ਆਮ ਆਦਮੀ ਨੂੰ ਸਰਪੰਚੀ ਦੀ ਦਾਅਵੇਦਾਰੀ 'ਤੇ ਕੀ ਦੇਣੀ ਸੀ, ਚਾਹੇ ਮੈਂਬਰ ਦੀ ਦਾਅਵੇਦਾਰੀ ਕੀ ਦੇਣੀ ਸੀ, ਉਹਦੇ ਵਿੱਚ ਕਿਸੇ ਨੂੰ ਪੁੱਛਿਆ ਵੀ ਨਹੀਂ ਗਿਆ ਕਿ ਫਲਾਣਾ ਜਿਹੜਾ ਮੈਂਬਰ ਆ ਤੁਹਾਡੇ ਲਾਗੇ ਖਿਲਾਰਨਾ ਵਾ, ਉਹ ਤੁਹਾਨੂੰ ਮਨਜ਼ੂਰ ਆ ਚਾਹੇ ਨਹੀਂ ਮਨਜ਼ੂਰ ਆ, ਮਤਲਬ ਕਿ ਸਲਾਹ ਤੱਕ ਨਹੀਂ ਲਈ ਗਈ। ਜਿਹੜੇ ਦੂਜੀਆਂ ਪਾਰਟੀਆਂ ਤੋਂ ਧਨਾੜ ਬੰਦੇ ਆਏ ਸੀਗੇ, ਜਿਨ੍ਹਾਂ ਨੇ ਪਹਿਲਾਂ ਵੀ ਪੰਚਾਇਤਾਂ ਵਿੱਚ ਰਾਜ ਕੀਤਾ ਚਾਹੇ ਵੱਡੇ ਵੱਡੇ ਘਬਲੇ ਕੀਤੇ, ਉਹਨਾਂ ਨੂੰ ਸਰਪੰਚੀਆਂ ਉਹਨਾਂ ਨੂੰ ਜਿਹੜੇ ਉਹਨਾਂ ਮੈਂਬਰ ਦੇ ਦਿੱਤੇ ਗਏ। ਬਾਕੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ, ਵੇਖੋ ਜੀ ਆ ਜਿਹੜੇ ਕਾਗਜ਼ ਦਾਖਲ ਹੋਏ ਆ ਚਾਹੇ ਜੋ ਵੀ ਹੋਏ ਆ, ਇਹਦੇ ਵਿੱਚ ਮੈਂ ਹਿਸਾਬ ਲਵਾਂ ਜੀ ਸਭ ਤੋਂ ਜ਼ਿਆਦਾ ਖੱਜਲ ਖੁਆਰੀ ਜਿਹੜੀ ਹੋਈ ਆ ਇਹ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਹੋਈ ਆ। ਜੋ ਅੱਜ ਤੱਕ ਜੋ ਦਫ਼ਤਰਾਂ ਦੇ ਧੱਕੇ ਖਾਣ ਡਏ ਆ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ, ਪਰ ਜੇ ਅੱਜ ਵੀ ਆਮ ਆਦਮੀ ਪਾਰਟੀ ਇਹੋ ਹੀ ਚੱਲਦਾ ਰਿਹਾ ਅਤੇ ਜੋ ਹਰਿਆਣੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੋਟਾਂ ਤੋਂ ਵੀ ਘੱਟ ਵੋਟਾਂ ਜਿਹੜੀਆਂ ਕਈ ਥਾਵਾਂ 'ਤੇ ਪਈਆਂ ਨੇ, ਸ਼ਾਇਦ 27 ਦੀ ਇਲੈਕਸ਼ਨ ਹੈ ਜਿਹੜੀ, ਉਹਦੇ ਵਿੱਚ ਵੀ ਬੜਾ ਤਕੜਾ ਜਿਹੜਾ ਹਾਰ ਦਾ ਮੂੰਹ ਆ ਜਿਹੜਾ ਉਹ ਇਸ ਪਾਰਟੀ ਨੂੰ ਜਿਹੜਾ ਝੱਲਣਾ ਪਊਗਾ ਅਤੇ ਇਹਦਾ ਜਿਹੜਾ ਖਮਿਆਜ਼ਾ ਬੜੇ ਵੱਡੇ ਪੱਧਰ 'ਤੇ ਭੁਗਤਣਾ ਪਊਗਾ। ਕੀ ਤੁਸੀਂ ਮੰਨਦੇ ਹੋ ਕਿ ਇਹ ਜਿਹੜੀ ਇਲੈਕਸ਼ਨ ਹੋ ਰਹੀ ਹੈ ਪੰਚਾਇਤੀ, ਇਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਕੋਈ ਵੀ ਸਰਪੰਚੀ ਨਹੀਂ ਖਲੋਤਾ, ਇਹਦਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹਨਾਂ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਜੀ, ਜਿਸ ਤਰ੍ਹਾਂ ਅੱਜ ਵੀ ਅਖਬਾਰਾਂ ਦੇ ਵਿੱਚ ਪੜ੍ਹੀਦਾ ਜੀ ਕਿ ਆਮ ਆਦਮੀ ਪਾਰਟੀ ਚ ਸਾਡੇ ਚੇਅਰਮੈਨ ਸਾਹਿਬ ਨੇ ਸਰਬਸੰਮਤੀ ਨਾਲ ਆਮ ਆਦਮੀ ਪਾਰਟੀ ਦਾ ਸਰਪੰਚ ਬਣਾ ਤਾ, ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸਰਪੰਚ 'ਚ ਮੈਂਬਰ ਉਹ ਬਣਾਏ ਗਏ ਆ ਜਿਹੜੇ ਕਾਂਗਰਸ ਦੀ ਸਰਕਾਰ ਵੇਲੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਧੱਕੇ ਕੀਤੇ ਸੀ, ਅਤੇ ਉਹੀ ਦੁਬਾਰਾ ਉਹਨਾਂ ਨੂੰ ਜਿਹੜੇ ਉਹ ਸਰਪੰਚ ਬਣਾ ਦਿੱਤੇ ਗਏ ਆ, ਆਮ ਆਦਮੀ ਪਾਰਟੀ ਦਾ ਇੱਕ ਮੈਂਬਰ ਤੱਕ ਨਹੀਂ ਬਣਾਇਆ ਗਿਆ ਜੀ। ਇੱਕ ਮੈਂ ਇਹ ਗੱਲ ਕਹਿਣੀ ਚਾਹੁੰਦਾ ਜੀ, ਜਿਹੜੀ ਆਮ ਆਦਮੀ ਪਾਰਟੀ ਆ ਅੱਬਲ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਬੜੀ ਡਾਊਨ ਗਈ ਆ, ਬਾਕੀ ਜਿਹੜੀ ਖਾਸ ਕਰਕੇ ਸਾਡੇ ਹਲਕਾ ਰਾਜਾਸਾਂ ਸੀ ਦੇ ਵਿੱਚ ਆ, ਇਹਦੇ ਵਿੱਚ ਤਾਂ ਆਮ ਆਦਮੀ ਪਾਰਟੀ ਇੰਨੀ ਕੁ ਜ਼ਿਆਦਾ ਡਾਊਨ ਗਈ ਆ ਕਿ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੁਬਾਰਾ ਹਲਕੇ ਦੇ ਵਿੱਚ ਉੱਠ ਪਾਊਗੀ। ਬਾਕੀ ਇਸ ਹਲਕੇ ਦੇ ਵਿੱਚ ਜਿੰਨੇ ਵੀ ਸਰਪੰਚ ਬਣਾਏ ਗਏ ਨੇ, ਜਿੰਨੇ ਵੀ ਉਹ ਸਾਰੇ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਆਏ ਗਏ ਨੇ, ਉਹ ਜ਼ਿਆਦਾਤਰ ਬਣਾਏ ਗਏ ਨੇ, ਜ਼ਿਆਦਾਤਰ ਕਿ ਤਕਰੀਬਨ ਸਾਰੇ ਸਰਪੰਚ ਉਹ ਬਣਾਏ ਆ, ਅਤੇ ਜਿਹੜੀ 15 ਦੀ ਸਰਪੰਚੀਆਂ ਦੀ ਇਲੈਕਸ਼ਨਾਂ ਹੋਣੀਆਂ, ਉਸ ਤੋਂ ਬਾਅਦ ਵਿੱਚ ਸ਼ਾਇਦ ਬਹੁਤ ਸਾਰੇ ਵੱਡੇ ਪੱਧਰ 'ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਇਸ ਪਾਰਟੀ ਤੋਂ ਟੁੱਟ ਕੇ ਜਿੱਥੋਂ ਜਿੱਥੋਂ ਆਏ ਸੀ, ਜੋ ਬਦਲਾਅ ਦਾ ਨਾਰਾ ਲਿਖ ਕੇ ਆਏ ਸੀਗੇ,
ਸ਼ਾਇਦ ਉਹ ਖਰੀ ਨਾ ਉਤਰਨ ਕਰਕੇ ਉਹ ਸ਼ਾਇਦ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਇਸ ਪਾਰਟੀ 'ਚ ਰਹਿਣਗੇ। ਇੱਕ ਅਸਤੀਫੇ ਸਾਡੇ ਆਏ ਸੀ ਅਤੇ ਸ਼ਾਇਦ 15 ਤੋਂ ਬਾਅਦ ਬਹੁਤ ਸਾਰੇ ਉਹ ਲੋਕ ਹੋਣਗੇ ਜਿਹੜੇ ਇਸ ਪਾਰਟੀ ਨੂੰ ਛੱਡਣਗੇ।